अज असी पंजाब दियां 9 विद्यार्थी जथेबंदियां वल्लों पूरे पंजाब दे विच धरना प्रदर्शन कर रहे हैं डीसी दफ्तरां दे ते एसडीएम दफ्तरां दे, जिहदा मुख कारण आ कि विद्यार्थी जथेबंदियां दी मंग इह लॉकडाउन तों पिछले साल पहलां भी रही आ कि जदों भी करोना दे नाम दे उपर बंदी दा नाम आउंदा वा सब तों पहलां विद्यक अदारे बंद कर दित्ते जांदे आ। ਇਹ ਬਿਲਕੁਲ ਖਿਆਲ ਨਹੀਂ ਕੀਤਾ ਜਾਂਦਾ ਕਿ ਬੱਚਿਆਂ ਦਾ ਤੇ ਉਹਨਾਂ ਦੇ ਮਾਪਿਆਂ ਦਾ, ਬੱਚਿਆਂ ਦਾ ਵਿੱਦਿਅਕ ਤੌਰ ਦੇ ਉੱਪਰ ਤੇ ਉਹਨਾਂ ਦੇ ਮਾਪਿਆਂ ਦਾ ਆਰਥਿਕ ਤੌਰ ਦੇ ਉੱਪਰ ਕਿੱਡਾ ਵੱਡਾ ਨੁਕਸਾਨ ਹੋ ਰਿਹਾ ਵਾ। ਅੱਜ ਇਹ ਨੌਬਤ ਆ ਚੁੱਕੀ ਹੈ ਕਿ ਇੱਕ ਵਾਰ ਫਿਰ ਮਾਰਚ ਮਹੀਨੇ 19 ਤਰੀਕ ਤੋਂ ਲੈ ਕੇ 31 ਤੱਕ ਪੰਜਾਬ ਸਰਕਾਰ ਲੋਕਡਾਊਨ ਦੇ ਨਾਮ ਦੇ ਉੱਪਰ ਸਕੂਲ ਕਾਲਜ ਫਿਰ ਬੰਦ ਕਰ ਰਹੀ ਆ, ਤੇ ਵਿਜੇ ਇੰਦਰ ਸਿੰਗਲਾ ਦਾ ਕਹਿਣਾ ਕਿ ਅਸੀਂ ਫੈਸਲਾ ਜਿਹੜਾ ਤੁਰੰਤ ਲਵਾਂਗੇ, ਪਰ ਅਸੀਂ ਵਿਦਿਆਰਥੀ ਜਥੇਬੰਦੀਆਂ ਵੱਲੋਂ ਮੰਗ ਕਰਦੇ ਹਾਂ ਕਿ ਤੁਸੀਂ ਜੋ ਮਰਜ਼ੀ ਫੈਸਲਾ ਲਓ, ਪਰ ਵਿੱਦਿਅਕ ਸੰਸਥਾਵਾਂ ਜਿਹੜੀਆਂ ਹੈਗੀਆਂ ਉਹ ਹਰ ਹਾਲਤ ਖੁੱਲ੍ਹੀਆਂ ਰੱਖਣੀਆਂ ਸਰਕਾਰ ਦੀ ਜ਼ਿੰਮੇਵਾਰੀ ਆ। ਗੁਰੂ ਨਾਨਕ ਦੇਵ ਯੂਨੀਵਰਸਿਟੀ 'ਤੇ ਇਸ ਤੋਂ ਬਿਨਾਂ ਹੋਰ ਕਿੰਨੇ ਹੀ ਵਿੱਦਿਅਕ ਅਦਾਰੇ ਜਿਹੜੇ ਹੈਗੇ ਆ ਉਹ ਲੋਕਡਾਊਨ ਦੇ ਦੌਰਾਨ ਬੰਦ ਕਰਕੇ ਆਰਥਿਕ ਘਾਟੇ ਦਾ ਸ਼ਿਕਾਰ ਹੋਏ ਆ। ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਨੂੰ ਕੋਈ 98 ਕਰੋੜ ਰੁਪਇਆ ਜਾਰੀ ਕਰਕੇ ਕਹਿੰਦੀ ਆ ਕਿ ਇਹ ਜਿਹੜੇ ਵਿੱਦਿਅਕ ਅਦਾਰੇ ਇਸ ਆਧਾਰ 'ਤੇ ਚੱਲ ਜਾਣਗੇ, ਪਰ ਜਿੱਥੇ ਇਹਨਾਂ ਨੂੰ ਖੋਲ੍ਹਣ ਦੀ ਜ਼ਰੂਰਤ ਆ ਉੱਥੇ ਸਰਕਾਰ ਦੁਆਰਾ ਇਹਨਾਂ ਦੇ ਵਿਰੁੱਧ ਜਿਹੜਾ ਹੈਗਾ ਵਾ ਤਰ੍ਹਾਂ ਤਰ੍ਹਾਂ ਦੇ ਫੈਸਲੇ ਲਏ ਜਾ ਰਹੇ, ਉਹਨਾਂ ਨੂੰ ਰੋਕਿਆ ਜਾਣਾ ਜ਼ਰੂਰੀ ਆ। ਇਸ ਕਰਕੇ ਅੱਜ ਅਸੀਂ ਇੱਥੇ ਧਰਨਾ ਦੇ ਰਹੇ ਹਾਂ ਕਿ ਵਿੱਦਿਅਕ ਅਦਾਰੇ ਖੁੱਲ੍ਹਣੇ ਚਾਹੀਦੇ ਆ। ਪੰਜਾਬ ਸਰਕਾਰ ਦੇ ਸਕੂਲ ਕਾਲਜ ਬੰਦ ਕਰਨ ਦੇ ਫੈਸਲੇ ਤੇ ਵਿਦਿਆਰਥੀ ਜਥੇਬੰਦੀਆਂ ਨੇ ਕੀਤਾ ਰੋਸ ਜ਼ਾਹਰ। ਵਿਦਿਆਰਥੀ ਜਥੇਬੰਦੀ ਨੇ ਸਰਕਾਰ ਦੀ ਨੀਤੀਆਂ ਨੂੰ ਵੀ ਸ਼ੱਕ ਦੇ ਘੇਰੇ ਵਿੱਚ ਲਿੱਤਾ। ਪੰਜਾਬ ਸਰਕਾਰ ਨੇ ਜਦੋਂ ਤੋਂ ਕੋਰੋਨਾ ਨੂੰ ਲੈ ਕੇ ਸਕੂਲ ਕਾਲਜ ਬੰਦ ਕਰਨ ਦਾ ਫਰਮਾਨ ਜਾਰੀ ਕੀਤਾ ਹੈ, ਵਿਦਿਆਰਥੀ ਵਰਗ ਰੋਸ ਪ੍ਰਦਰਸ਼ਨ ਕਰਨ ਲਈ ਸੜਕਾਂ ਤੇ ਉਤਰ ਚੁੱਕੇ ਹਨ। ਸਰਕਾਰ ਦੀ ਨੀਤੀਆਂ ਨੂੰ ਸ਼ੱਕ ਦੇ ਘੇਰੇ ਵਿੱਚ ਲੈਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਦੇ ਨਾਮ ਤੇ ਬੱਚਿਆਂ ਨਾਲ ਖਿਲਵਾੜ ਕਰ ਰਹੀ ਹੈ। ਜਦੋਂ ਪੋਲੀਟੀਕਲ ਪਾਰਟੀਆਂ ਨੇ ਆਪਣੇ ਧਰਨੇ, ਪ੍ਰਦਰਸ਼ਨ, ਰੈਲੀ ਜਾਂ ਵੋਟਾਂ ਲੈਣੀਆਂ ਹੁੰਦੀਆਂ ਹਨ ਤਾਂ ਕੋਰੋਨਾ ਗਾਇਬ ਹੋ ਜਾਂਦਾ ਹੈ। ਵਿਦਿਆਰਥੀ ਵਰਗ ਇਸ ਗੱਲ ਨੂੰ ਸਮਝ ਚੁੱਕਿਆ ਹੈ, ਹੁਣ ਹੋਰ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਵਿਦਿਆਰਥੀਆਂ ਨੇ ਮੋਗਾ ਡਿਪਟੀ ਕਮਿਸ਼ਨਰ ਆਫਿਸ ਦੇ ਬਾਹਰ ਬੈਠ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਸਰਕਾਰ ਦੁਬਾਰਾ ਤੋਂ ਸੋਚੇ ਅਤੇ ਜਲਦ ਤੋਂ ਜਲਦ ਸਕੂਲ ਕਾਲਜ ਖੋਲ੍ਹੇ ਜਾਣ। ਪਤਾ ਨਹੀਂ ਕਿਹੜੇ ਤਰੀਕੇ ਨਾਲ ਇੰਨੇ ਗੈਰ ਤਰਕਸੰਗਤ ਫੈਸਲੇ ਲੈ ਰਹੀ ਆ ਕਿ ਉਹ ਸੋਚ ਨਹੀਂ ਪਾਉਂਦੇ ਕਿ ਸਮੱਸਿਆ ਦਾ ਹੱਲ ਕਰਨਾ ਕਿ ਸਮੱਸਿਆ ਨੂੰ ਵਧਾਉਣਾ ਜਾਂ ਸਮੱਸਿਆ ਨੂੰ ਉਲਝਾਉਣਾ। ਜਿਹੜਾ ਪਿਛਲੇ ਦਿਨੀ ਸਰਕਾਰ ਨੇ ਵਿਦਿਆਰਥੀ ਵਿਰੋਧੀ ਫੈਸਲਾ ਲਿਆ ਵਿੱਦਿਅਕ ਅਦਾਰੇ ਬੰਦ ਕਰਨ ਦਾ ਕੋਰੋਨਾ ਦੀ ਆੜ ਵਿੱਚ, ਇਹ ਪੰਜਾਬ ਦੇ ਵਿੱਚ ਵਿਦਿਆਰਥੀ ਜਥੇਬੰਦੀਆਂ ਵੱਲੋਂ 9 ਵਿਦਿਆਰਥੀ ਜਥੇਬੰਦੀਆਂ ਵੱਲੋਂ ਸਾਂਝਾ ਵਿਦਿਆਰਥੀ ਮੋਰਚਾ ਬਣਾਇਆ ਗਿਆ। ਉਹਦੇ ਸੱਦੇ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰ ਦੇ ਧਰਨੇ ਲਾਉਣ ਦਾ ਐਲਾਨ ਸੀਗਾ, ਕਿਉਂਕਿ ਅਸੀਂ ਸਮਝਦੇ ਹਾਂ ਕਿ ਵਿਦਿਆਰਥੀ ਵਰਗ ਸਮਾਜ ਦਾ ਸਭ ਤੋਂ ਚੇਤਨ ਵਰਗ ਆ। ਜੇ ਕੋਈ ਆਫਤ ਜਾਂ ਮਹਾਂਮਾਰੀ ਆਉਂਦੀ ਆ ਉਹਨੂੰ ਹੱਲ ਕਰਨ ਦਾ ਵਿਦਿਆਰਥੀਆਂ ਕੋਲ ਸਭ ਤੋਂ ਵਧੀਆ ਵਿਦਿਆਰਥੀ ਸੋਸ਼ਲ ਤਰੀਕੇ ਨਾਲ ਯੂਨੀਵਰਸਿਟੀਆਂ 'ਚ ਲੈਬਾਂ ਦੇ ਵਿੱਚ ਕਾਲਜਾਂ ਦੇ ਵਿੱਚ ਉਸ ਆਫਤ ਨੂੰ ਨਜਿੱਠਣ ਲਈ, ਉਸ ਕਿਸੇ ਮਹਾਂਮਾਰੀ ਨੂੰ ਨਜਿੱਠਣ ਲਈ ਉਹਦਾ ਬਹੁਤ ਵਧੀਆ ਤਰੀਕੇ ਨਾਲ ਹੱਲ ਜਿਹੜਾ ਉਹ ਲੈ ਕੇ ਆ ਸਕਦੇ ਆ। ਪਰ ਵਿੱਦਿਅਕ ਅਦਾਰੇ ਬੰਦ ਕੀਤੇ ਹੋਏ ਆ। ਦੂਜੇ ਪਾਸੇ ਸਰਕਾਰ ਦੀ ਜਿਹੜੀ ਇੱਕ ਸਿਆਸਤ ਆ ਕਿ 2022 ਦੀਆਂ ਚੋਣਾਂ ਦੀਆਂ ਤਿਆਰੀਆਂ ਲਈ ਅਕਾਲੀ, ਕਾਂਗਰਸੀ, ਝਾੜੂ, ਪੋਚਾ ਸਾਰੀਆਂ ਪਾਰਟੀਆਂ ਰੈਲੀਆਂ ਕਰ ਰਹੀਆਂ, ਉਹ 'ਤੇ ਕੋਈ ਪਾਬੰਦੀ ਨਹੀਂ ਹੈ। ਬੱਸਾਂ ਦੇ ਵਿੱਚ ਤੁਸੀਂ ਜਾ ਸਕਦੇ ਹੋ ਉਦੋਂ ਕੋਰੋਨਾ ਨਹੀਂ ਆਉਂਦਾ, ਰੇਲਵੇ ਦੇ ਵਿੱਚ ਤੁਸੀਂ ਜਾ ਸਕਦੇ ਉਦੋਂ ਕੋਰੋਨਾ ਨਹੀਂ ਆਉਂਦਾ। ਪਤਾ ਨਹੀਂ ਕਿਉਂ ਸਕੂਲਾਂ ਕਾਲਜਾਂ 'ਚ ਕੋਰੋਨਾ ਕਦੋਂ ਆ ਜਾਂਦਾ ਅਤੇ ਕਿਵੇਂ ਆ ਜਾਂਦਾ, ਇਹ ਸਾਡੀ ਸਮਝੋਂ ਬਾਹਰ ਆ। ਦੂਜਾ, ਸਰਕਾਰ ਪਤਾ ਨਹੀਂ ਕਿਹੜੇ ਤਰੀਕੇ ਨਾਲ ਇੰਨੇ ਗੈਰ ਤਰਕਸੰਗਤ ਫੈਸਲੇ ਲੈ ਰਹੀ ਆ ਕਿ ਉਹ ਸੋਚ ਨਹੀਂ ਪਾਉਂਦੇ ਕਿ ਸਮੱਸਿਆ ਦਾ ਹੱਲ ਕਰਨਾ ਕਿ ਸਮੱਸਿਆ ਨੂੰ ਵਧਾਉਣਾ ਜਾਂ ਸਮੱਸਿਆ ਨੂੰ ਉਲਝਾਉਣਾ। ਅਸੀਂ ਸਮਝਦੇ ਹਾਂ, ਚਲੋ ਕੋਰੋਨਾ ਮੰਨਿਆ ਕਿ ਹੈ, ਬਿਮਾਰੀ ਹੈ, ਪਰ ਕੋਰੋਨਾ ਦੇ ਬਾਰੇ ਜਿੰਨੀ ਰਿਸਰਚ ਆਈ ਆ ਉਹਦੇ ਤੋਂ ਸਾਫ਼ ਹੁੰਦਾ ਕਿ ਕੋਰੋਨਾ ਜਾਨਲੇਵਾ ਜਾਂ ਖਤਰਨਾਕ ਬਿਮਾਰੀ ਨਹੀਂ ਹੈ। ਜਿੰਨੀਆਂ ਮੌਤਾਂ ਹੋ ਰਹੀਆਂ ਉਹਦੇ ਵਿੱਚ ਜੇ ਕੋਰੋਨਾ ਪੋਜ਼ਿਟਿਵ ਆਉਂਦਾ ਵੀ ਆ ਉਹਦਾ ਵੱਡਾ ਇਫੈਕਟ ਨਹੀਂ ਹੁੰਦਾ, ਹੋਰ ਬਿਮਾਰੀ ਨਾਲ ਮੌਤ ਦਾ ਕਾਰਨ ਜਿਹੜਾ ਵੱਧ ਬਣਦਾ ਹੈਗਾ। ਅਤੇ ਦੂਜੇ ਪਾਸੇ ਸਾਰੀਆਂ ਮੌਤਾਂ, ਇਹ ਵੀ ਸ਼ੱਕ ਦੇ ਕੇ ਰਹਿੰਦੇ ਕਿ ਸਾਰੀਆਂ ਮੌਤਾਂ ਕੋਰੋਨਾ ਨਾਲ ਨਹੀਂ ਹੋ ਰਹੀਆਂ। ਤੀਜੇ ਨੰਬਰ 'ਤੇ ਕੋਰੋਨਾ ਦੇ ਨਾਲ ਜਿਹੜੇ ਟੈਸਟ ਹੋ ਰਹੇ ਆ, ਜਦੋਂ ਪੰਜਾਬ ਦੇ ਵਿੱਚ MC ਦੀਆਂ ਚੋਣਾਂ ਸੀ ਉਹ ਤਾਂ ਕੋਰੋਨਾ ਟੈਸਟਿੰਗ ਆ ਜਿਹੜੀ ਉਹ ਘਟਾ ਦਿੱਤੀ ਗਈ ਅਤੇ ਕੋਰੋਨਾ ਦੇ ਕੇਸ ਘੱਟ ਆਏ। ਹੁਣ ਕੋਰੋਨਾ ਟੈਸਟਿੰਗ ਵਧਾ ਦਿੱਤੀ ਗਈ, ਹਰੇਕ ਨੂੰ ਹੀ ਕੋਈ ਨਾ ਕੋਈ ਵਾਇਰਲ ਬੁਖਾਰ ਹੁੰਦਾ, ਵਾਇਰਲ ਜ਼ੁਕਾਮ ਖੰਘ ਹੁੰਦਾ, ਮੌਸਮ ਬਦਲਦਾ ਅਤੇ ਉਹਨੂੰ ਕੋਰੋਨਾ ਪੋਜ਼ਿਟਿਵ ਐਲਾਨ ਦਿੱਤਾ ਜਾਂਦਾ। ਅਸੀਂ ਸਮਝਦੇ ਹਾਂ ਸਰਕਾਰ ਦੀਆਂ ਸਾਰੀਆਂ ਗੱਲਾਂ ਸ਼ੱਕ ਦੇ ਘੇਰੇ 'ਚ ਆ। ਅਸੀਂ ਇਸੇ ਕਰਕੇ ਕਹਿੰਦੇ ਕਿ ਸਕੂਲ ਕਾਲਜ ਖੋਲ੍ਹੇ ਜਾਣੇ ਚਾਹੀਦੇ ਆ। ਪਿਛਲੇ ਸਾਲ ਸਵਾ ਸਾਲ ਤੋਂ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਦਾ ਸਾਰਿਆਂ ਦਾ ਨੁਕਸਾਨ ਹੋ ਰਿਹਾ। ਭਾਰਤ ਸੰਦੇਸ਼ ਲਈ ਮੋਗਾ ਤੋਂ ਭੁਪਿੰਦਰ ਜੋੜਾ ਦੇ ਨਾਲ ਬਲਜੀਤ ਧਾਲੀਵਾਲ ਦੀ ਰਿਪੋਰਟ।